ਸਤਿ ਸ੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਵਜੇਪਾਲ ਸਿੰਘ ਬਰਾੜ ਖਬਰ ਜੋ ਮੁੱਦਾ ਬਣੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਤੇ ਅੱਜ ਗੱਲ ਕਰਾਂਗੇ ਮੋਹਾਲੀ ਦੀ, ਜਿੱਥੇ ਰੇਲਵੇ ਟਰੈਕ 'ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਮੁੱਦਾ ਜਲੰਧਰ ਦਾ ਵੀ, ਜਿੱਥੇ ਬੇਖੌਫ ਹੋਏ ਚੋਰਾਂ ਨੇ ਇੱਕੋ ਰਾਤ 'ਚ ਸੁਨਿਆਰਿਆਂ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਨਾਲ ਹੀ ਗੱਲ ਯਮੁਨਾ ਨਗਰ ਦੀ ਵੀ, ਜਿੱਥੇ ED ਦੀ ਟੀਮ ਨੇ ਸਾਬਕਾ ਵਿਧਾਇਕ ਨੂੰ ਅਰੈਸਟ ਕਰ ਲਿਆ। ਅਤੇ ਸਭ ਤੋਂ ਪਹਿਲਾਂ ਗੱਲ ਨਸ਼ਾ ਤਸਕਰੀ ਦੀ। ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 3.5 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ। ਫੜੇ ਗਏ ਦੋਨੋਂ ਦੋਸ਼ੀ ਆਪਸ 'ਚ ਚਾਚਾ ਭਤੀਜਾ ਨੇ। ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ 'ਚੋਂ 3.5 ਕਿਲੋ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਦੇ ਕੋਲੋਂ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਦੱਸਿਆ ਜਾ ਰਿਹਾ ਕਿ ਦੋਵੇਂ ਮੁਲਜ਼ਮ ਚਾਚੇ ਭਤੀਜੇ ਨੇ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਅਮਰੀਕਾ ਵਿੱਚ ਬਹਿ ਕੇ ਤਸਕਰ ਇਹ ਸਾਰਾ ਨੈਟਵਰਕ ਚਲਾ ਰਹੇ ਨੇ। ਹਮੇ ਇੱਕ ਔਰ ਅੱਛੀ ਰਿਕਵਰੀ ਹੋਈ ਹੈ ਔਰ ਇਸਮੇ ਹਮਨੇ ਦੋ ਲੋਕ ਪਕੜੇ ਹੈ ਔਰ ਟੋਟਲ ਰਿਕਵਰੀ ਹੋਈ ਹੈ 3.5 ਕੇਜੀ ਹੀਰੋਇਨ ਕੀ ਔਰ ਲਾਈਵ ਰਾਊਂਡਸ ਵੀ ਮਿਲੇ ਹੈ ਇਨਸੇ 10 ਹੈ ਉਨਮੇ ਸੇ 0.30 ਬੋਰ ਕੇ ਚਾਈਨੀਜ਼ ਜੋ ਪਿਸਟਲ ਹੋਤਾ ਔਰ 9 mm ਕੇ 9 ਹੈ। ਅਗਰ ਆਪਕੋ ਯਾਦ ਹੋ ਤੋ ਪਹਿਲੇ ਜੋ 19 kg ਰਿਕਵਰੀ ਹੋਈ ਥੀ ਉਸਕੇ ਸਾਥ ਡਰੋਨ ਕੇ ਪਾਰਟਸ ਵੀ ਮਿਲੇ ਥੇ ਔਰ ਸਾਥ ਪਿਸਟਲ ਬੜੇ ਸਫਿਸਟੀਕੇਟਡ ਮਿਲੇ ਥੇ ਜਿਨਮੇ ਗਲੌਕ ਵਗੈਰਾ ਵੀ ਥੇ ਔਰ 23 ਲੱਖ ਡਰੱਗ ਮਨੀ ਵੀ ਮਿਲੀ ਥੀ ਤੋ ਉਸਕੀ ਬੈਕਵਰਡ ਲਿੰਕੇਜਸ ਜਬ ਹਮ ਖੋਜ ਰਹੇ ਥੇ ਤੋ ਇਹ ਲੋਕ ਹਮਾਰੇ ਪੁਲਿਸ ਨੇ ਅਰੈਸਟ ਕੀਏ ਸਾਹਮਣੇ ਆਏ। ਜ਼ਿਕਰ ਹੋ ਗਿਆ ਕਿ ਪੁਲਿਸ ਨੇ ਲੰਘੇ ਦਿਨੀ ਵੀ 19 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਉਹਨਾਂ ਮੁਲਜ਼ਮਾਂ ਦੇ ਨਾਲ ਪੁੱਛਗਿੱਛ ਦੌਰਾਨ ਉਹਨਾਂ ਆਪਣੇ ਇਹਨਾਂ ਸਾਥੀਆਂ ਨੂੰ ਜਾਣਕਾਰੀ ਦਿੱਤੀ ਸੀ। ਦੋਵੇਂ ਮੁਲਜ਼ਮ ਲੰਘੇ 2 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ। ਫਿਲਹਾਲ ਇਹ ਹੈਰੋਇਨ ਕਿੱਥੇ ਡਿਲੀਵਰ ਕਰਨ ਵਾਲੇ ਸਨ ਅਤੇ ਇਹਨਾਂ ਦੇ ਨਾਲ ਹੋਰ ਕਿੰਨੇ ਹੋਰ ਸਾਥੀ ਨੇ, ਇਸ ਦੇ ਲਈ ਪੁੱਛਗਿੱਛ ਜਾਰੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਹਰਿਆਣਾ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ED ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਮਾਮਲੇ 'ਚ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਉਹਨਾਂ ਦੇ ਸਹਿਯੋਗੀ ਨੂੰ ED ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਹਰਿਆਣਾ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਹਨਾਂ ਦੇ ਨਾਲ ਜੁੜੇ ਲੋਕਾਂ ਦੇ ਇਲਾਕੇ ਵਿੱਚ ਕੀਤੀ ਗਈ ਛਾਪੇਮਾਰੀ ਸੋਮਵਾਰ ਨੂੰ ਖਤਮ ਹੋਈ ਤੇ ਇਸ ਦੇ ਨਾਲ ਹੀ ED ਦੀ ਟੀਮ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ। ਮਾਮਲੇ ਵਿੱਚ ਉਹਨਾਂ ਦੇ ਸਹਿਯੋਗੀ ਕੁਲਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਨਜਾਇਜ਼ ਮਾਈਨਿੰਗ ਦਾ ਹੈ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਕੀਤੀ ਗਈ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਨੀ ਲਾਂਡਰਿੰਗ ਦੇ ਰਾਹੀਂ ਕਾਲਾ ਧਨ ਇਕੱਠਾ ਕੀਤੇ ਜਾਣ ਦੀ ਜਾਣਕਾਰੀ ED ਨੂੰ ਮਿਲੀ ਸੀ। ਇਸ ਤੋਂ ਬਾਅਦ ਰੇਡ ਦੌਰਾਨ ਨਜਾਇਜ਼ ਵਿਦੇਸ਼ੀ ਹਥਿਆਰ, 300 ਕਾਰਟੂਨ, 100 ਤੋਂ ਵਧੇਰੇ ਸ਼ਰਾਬ ਦੀਆਂ ਬੋਤਲਾਂ ਅਤੇ 5 ਕਰੋੜ ਨਕਦੀ ਬਰਾਮਦ ਹੋਈ। ਦਿਲਬਾਗ ਸਿੰਘ ਕੀ ਅਗਰ ਬਾਤ ਕਰੇ ਤੋ ਇਹ NLD ਕਾ ਪੂਰਵ ਵਿਧਾਇਕ ਰਹਾ ਹੈ, ਲੇਕਿਨ ਇਲੀਗਲ ਮਾਈਨਿੰਗ ਯਾਨੀ ਕਿ ਅਵੈਧ ਖਨਨ ਸੇ ਜੁੜੇ ਮਾਮਲੇ ਮੇ ਇਸ ਮਾਮਲੇ ਮੇ ਉਸਕੇ ਖਿਲਾਫ ਇੱਕ ਤਫਤੀਸ਼ ਕੀ ਜਾ ਰਹੀ ਥੀ ਔਰ ਇਸੀ ਮਾਮਲੇ ਕੀ ਤਫਤੀਸ਼ ਕੇ ਦੌਰਾਨ ਮੇ ਕਈ ਮਹੱਤਵਪੂਰਨ ਸਬੂਤੋ ਕੋ ਇਕੱਠਾ ਕੀਆ ਗਿਆ ਔਰ ਆਖਿਰਕਾਰ ਉਸੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਧਰ ਦਿਲਬਾਗ ਸਿੰਘ ਦੇ ਭਰਾ ਨੇ ਇਸ ਪੂਰੀ ਕਾਰਵਾਈ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਤੇ ਇਸ ਨੂੰ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਕਾਰਵਾਈ ਦੱਸਿਆ। ਦਿਲਬਾਗ ਸਿੰਘ ਦੇ ਨਾਮ ਤੋਂ ਕੁਛ ਵੀ ਨਹੀਂ ਹੈ। ਦਿਲਬਾਗ ਸਿੰਘ ਤੋਂ ਰਾਜਨੀਤੀ ਕਰਤਾ ਹੈ। ਦਿਲਬਾਗ ਸਿੰਘ ਕੋਈ ਵਪਾਰ ਥੋੜੀ ਕਰ ਰਿਹਾ ਕਿਸੀ ਬਾਤ ਮੈਂ। ਇਹ ਤੋਂ ਜਿਸਕੇ ਪਾਸ ਵੀ ਜਾਤੇ ਹੈ ਉਸਕੋ ਕਹਤੇ ਹੈ ਦਿਲਬਾਗ ਸਿੰਘ ਕਾ ਨਾਮ ਲੋ, ਇਹ ਉਸਕੀ ਹੈ ਉਸਕੀ ਹੈ, ਇਹ ਤੋ ਕੋਈ ਡੈਮੋਕ੍ਰੇਸੀ ਨਹੀਂ ਹੈ, ਇਹ ਤੋ ਕੋਈ ਪ੍ਰਜਾਤੰਤਰ ਨਹੀਂ ਹੈ, ਇਹ ਰਾਜਨੀਤਿਕ ਖੇਲ ਹੈ ਸਾਰਾ ਔਰ ਦਿਲਬਾਗ ਸਿੰਘ ਡਰਨੇ ਵਾਲੋ ਮੈਂ ਤੋ ਹੈ ਨਹੀਂ। ਦੱਸ ਦਈਏ ਕਿ ਦਿਲਬਾਗ ਸਿੰਘ ਇੰਡੀਅਨ ਨੈਸ਼ਨਲ ਲੋਕਦਲ ਦੇ ਆਗੂ ਨੇ ਅਤੇ ਉਹ ਯਮੁਨਾਨਗਰ ਤੋਂ 2009 ਤੋਂ 2014 ਦੇ ਵਿਚਾਲੇ ਵਿਧਾਇਕ ਸਨ। ਉਹ ਹਰਿਆਣਾ ਦੇ ਸਭ ਤੋਂ ਅਮੀਰ ਉਮੀਦਵਾਰਾਂ 'ਚੋਂ ਇੱਕ ਸਨ। ਦਿਲਬਾਗ ਸਿੰਘ ਨੇ ਆਪਣੀ 34 ਕਰੋੜ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਯਮੁਨਾਨਗਰ ਤੋਂ ਆਸ਼ੀਸ਼ ਸ਼ਰਮਾ ਤੇ ਦਿੱਲੀ ਤੋਂ ਸ਼ੰਕਰ ਆਨੰਦ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਗੱਲ ਕਰਦੇ ਆ ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਦੀ। ਸਲਮਾਨ ਖਾਨ ਆਪਣੀ ਜ਼ਬਰਦਸਤ ਫੈਨ ਫੋਲੋਇੰਗ ਦੇ ਚੱਲਦੇ ਲੋਕਾਂ ਦੇ ਅਕਸਰ ਨਿਸ਼ਾਨੇ ਤੇ ਵੀ ਰਹਿੰਦੇ ਨੇ। ਉੱਥੇ ਗੈਂਗਸਟਰ ਵੀ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਅਕਸਰ ਪਿਛਲੇ ਸਮਿਆਂ 'ਚ ਦਿੰਦੇ ਰਹੇ ਨੇ ਤੇ ਹੁਣ ਵੀ ਮੁੰਬਈ 'ਚ ਉਹਨਾਂ ਦੇ ਫਾਰਮ ਹਾਊਸ ਦੇ ਵਿੱਚ ਕੁਛ ਐਸਾ ਵਾਪਰਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓ। ਸਲਮਾਨ ਖਾਨ ਬਾਲੀਵੁੱਡ ਦੇ ਅਜਿਹੇ ਅਦਾਕਾਰ ਨੇ ਜਿਨ੍ਹਾਂ ਦੀ ਮਸ਼ਹੂਰੀ ਦਾ ਅੰਦਾਜ਼ਾ ਲਾਣਾ ਔਖਾ ਹੈ। ਇਹ ਵਜ੍ਹਾ ਹੈ ਕਿ ਉਹਨਾਂ ਦੇ ਦੁਸ਼ਮਣ ਵੀ ਦੁਨੀਆਂ ਦੇ ਹਰ ਕੋਨੇ ਵਿੱਚ ਲੁਕੇ ਹੋਏ ਨੇ ਤੇ ਹੁਣ ਨਵੀਂ ਮੁੰਬਈ ਦੇ ਪਨਵੇਲ ਵਿੱਚ ਮੌਜੂਦ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ
दो लोगों ने जबरन दाखिल होने की कोशिश की तो फड़े गए। दरअसल वीरवार की शामी 4 बजे के नेड़े तेड़े दो पछाते लोग सलमान के घर के वड़न की कोशिश कर रहे थे, जिन्होंने जदों सिक्योरिटी गार्ड ने विख्या तो उन्होंने पुछगिछ की, दोहां ने खुद को सलमान का फैन दसिया। सलमान खान के फार्म हाउस में जबरदस्ती दो लोगों ने घुसने की कोशिश की, जिन्हें वहां पर मौजूद सिक्योरिटी गार्ड ने पहले पकड़ा, उसके बाद पुलिस को बुला करके दोनों को सौंप दिया गया। पुलिस ने आगे मामले की जांच की तो पता चला राजस्थान और पंजाब के दोनों युवक सलमान खान को अपना फैन बनाते हुए जबरदस्ती उनके फार्म हाउस में घुसने की कोशिश की थी। दोहां दे कोल जिहड़े आधार कार्ड मिले वो फर्जी ने। दोहां दी पछाण अजेश गिल अते गुरसेवक सिंह वजो हुई, जिहड़े पंजाब अते राजस्थान दे रहण वाले दसे जा रहे ने। ये ऑफेंस रजिस्टर है, इसमें दो युवक जो फाजिलका पंजाब यहाँ के रहने वाले हैं, वो उनके गांव में कुछ झगड़ा होने के कारण गांव से निकल के मुंबई आए थे। मुंबई में आने के बाद वो बोरीवली में एक जो गेस्ट हाउस है, रेस्ट हाउस है, वहाँ पे रुके। वहाँ पे आई कार्ड उनको मांगा गया तो उन्होंने ऐप पे से एक ऐप फेक आई कार्ड बना के वहाँ पे दिया। वहाँ से हमने ताबे भी लिया था, उनकी इंक्वायरी की गई है और ऑफेंस 7 साल के कम सजा का होने के कारण उनको नोटिस दी गई थी। हालांकि मुलजमान के कोलों कोई हथियार का बरामद नहीं होया, फिलहाल पुलिस ने दोहां नूं नोटिस दे के छड़ दिता है। दसिए कि सलमान खान नूं लॉरेंस बिश्नोई गैंग ने कई बार जानों मारन की धमकी दी है, जिस दे बाद तो ही उन्हां दी सुरक्षा भी वधा दी गई है। उत्थे इस मामले में सवाल यह भी है कि जेकर वह दोवें सलमान के फैन सी तां उन्हां क्यों अपनी पछाण लुकाई। मुंबई तो प्रशांत पांडे की रिपोर्ट, न्यूज 18 पंजाब। तो मोहाली के सैक्टर 82 दे विच एक हैरान कर देने वाला मामला सामने आया। पिंड चिल्ला दे नेड़ियों लंघते रेलवे ट्रैक ते दो नौजवानों दी लाशां बराबद हुई, जिस नाल आस पास के इलाके दे विच सनसनी फैल गई ते शक कतल दा भी जताया जा रहा। रेलवे ट्रैक दे कोल पई नौजवान दी ए लाश, ये सिर्फ एक नहीं बल्कि इसके अगे ट्रैक के दूजी तरफ एक होर नौजवान की लाश पई है। सिर धड़ तो अलग ने, शरीर टुकड़िया च वंडिया होया, ट्रैक से खून बिखरिया पिया। सिर्फ यही नहीं, ट्रैक तो थोड़ी दूर सड़क से सैंपल जुटाउन च जुटी हुई फॉरेंसिक टीम नू देखो, इस सड़क की मिट्टी च खून के धब्बे मिले ने। दिल दहला देने वाला एक खौफनाक मंजर मोहाली के सैक्टर 82 च पेंदे पिंड चिल्ला दा, जिथे ट्रैक तो लंघ रहे राहगीर ने पुलिस नू इस घटना की जानकारी दी है, जिस तो बाद रेलवे पुलिस अपनी टीम दे नाल मौके ते पहुंच के तफ्तीश च जुट गई है। रेलवे ट्रैक दे कोल दो बॉडीज रिकवर हुई हैं, हालांकि दस्या जा रहा है कि ये मर्डर हो सकता है, क्योंकि इत्थे ब्लड दे जिहड़े निशान ने बिल्कुल रोड ते ब्लड दे निशान पए, हालांकि हुण स्पैशल इन्वेस्टिगेशन GRP SP इत्थे पहुंचे हुए ने, नाल दे नाल मोहाली पुलिस दे सीनियर अफसर भी मौजूद ने। ये पूरा एरिया बिल्कुल सुनसान है, खाली है, इत्थे कोई आवाजाही नहीं है, जिस करके इत्थे पुलिस हुण पहुंची हुई है। एक एक पॉइंट ते इन्वेस्टिगेशन की जा रही है, क्योंकि ब्लड दे निशान बिल्कुल रोड ते मिलना और उस तो बाद उन्हां दी बॉडी ट्रैक ते, कई चीज़ां नूं कह सकदी है कि ये पूरा एक प्लान तरीके नाल ये पूरा मर्डर है। रेलवे ट्रैक ते मिलियां ये लाशां प्रवासी मजदूरां दीयां दसियां जा रहियां ने। फिलहाल इन्हां दी कोई शनाखत नहीं हुई है, ते उथे ही पुलिस दे वल्लों खदशा जताया जा रहा है कि दोवें नौजवानों का कतल होया ते फिर उन्हां नूं ट्रैक ते सुट दिता गया। हल जिहड़ी है वो कर रहे अपने सारी इन्वेस्टिगेशन ते उथे की कहंदे वो तुहानूं इहदे बारे डिटेल। किद्दां दे पंजाबी जां कोई प्रवासी लगदे? ये प्रवासी है, एक बंदे दे उहने अपनी मां ते महाकाल लिखिया है ते एक मां ते ए लिखी हुई है, ते वो मतलब वेखण नूं मुढ़ली उहदे तों लगदा वी प्रवासी मजदूर टाइप। नौजवानां दी उमर 25 तों 30 साल दे विचाले दसी जा रही है। ये ट्रेन दी चपेट च किवें आए, ये कोई दर्दनाक हादसा है जां कोई खौफनाक वारदात, ये फिलहाल जांच तों बाद ही साफ होवेगा। मोहाली तों मनोज राठी दी रिपोर्ट, न्यूज 18 पंजाब।